Assalamualaikum ji. Umeed kar rahe hain ji sare member theek ho ji. Wala so, khairiyat wala so. Main Asam Hussain, Desi Kashmiri, UK wala. Jinaab mere samne aa gaya na aaj na ek navi video laal. Assam ja rahe hain Islamgarh wale pul par. Rathoa wala pul hai. Aaj ji assam ja rahe hain Islamgarh. To ji shopping karni hai. Aaj assam ja rahe hain Islamgarh ta kisi ne motorcycle hai. Ja isme bhi ja rahi hai. Ta mausam bhi bada mazey na jinaab ta kisi ne barish hindi ne kiya kaniya le liya. Ta aaj ji jul rahe hain. ਜਨਾਬ ਪੱਕੀ ਸਕਦੇ ਮਾਰੇ ਪਿੱਛੇ ਕਿ ਅਸਾਂ ਆਏ ਆ ਤਕਰੀਬਨ ਤੋੜੋ ਤੋੜ ਪੁੱਲਾ ਪਰ ਆਏ ਆ ਪਿੱਛਾ ਸਾਂ ਪੱਕੀ ਸਕਦੇ ਕਿਤਨੇ ਅਰਸੇ ਨਾਲ ਪੁੱਲ ਤਿਆਰ ਹੋ ਰਿਹਾ ਵਾ ਕੋਈ ਹਕੂਮਤ ਸੀ ਤੋ ਜੋ ਨਹੀਂ ਦੇਈ ਦੀ ਫਿਲਹਾਲ ਵੀ ਇਹ ਪੁੱਲ ਨੇ ਆ ਤਾਂ ਕਿਸੇ ਨੇ ਇੱਕ ਹੈ ਟੋਟਾ ਤਾਂ ਇੱਕ ਅਗਲਾ ਟੋਟਾ ਸਿਰਫ ਦੋ ਟੋਟੇ ਨੇ ਕੈਮਰਾ ਮੈਨ ਸੰਗ ਦੱਸੀ ਜਿਨ੍ਹਾਂ ਨੇ ਬਾਅਦ ਤੋਂ ਸਿਰਫ ਇਹ ਚਾਜੀਆਂ ਪੁੱਲ ਮੁਕੰਮਲ ਨਹੀਂ ਹੋ ਸਕਿਆ ਤਾਂ ਫਿਲਹਾਲ ਉਹਨਾਂ ਇੱਕ ਕਸ਼ਤੀਆਂ ਨੇ ਤੱਕ ਉਹ ਨਹੀਂ ਥਲਾ ਦੱਸਨੇ ਆ ਸੁਣ ਦਿੱਤੀ ਆ ਜਨਾਬ ਕਿ ਸਿਰਫ ਮੋਟਰਸਾਈਕਲ ਕਸ਼ਤੀ ਬੋ ਤੇ ਅਸੀਂ ਪਾਰ ਕਰੀ ਤਾਂ ਪਰੇ ਸਾਂ ਬਾਰ ਸਾਂ ਜਾ ਸਕਦੇ ਕਿਉਂਕਿ ਉਧਰੋਂ ਅਗਰ ਸਾਂ ਜੜੀ ਕਾਸਲ ਪਾ ਜਾਣੇ ਹੋ ਬੜਾ ਲੰਬਾ ਸਫ਼ਰ ਜਨਾਬ ਪੈਣਾ ਹੋਵੇ ਤਾਂ ਇਹ ਮਾਸ਼ਾਅੱਲਾ ਹੁਣ ਤੱਕ ਹੋ ਸਕਣੀ ਵਿਊ ਦਸਾਂ ਇਸ ਕੈਮਰਾ ਮੈਨ ਹੁਣ ਇੱਕ ਵਾਰ ਸਾਰਾ ਵਿਊ ਮੈਂ ਤਾਂ ਸਾਰੇ ਪਾਸੇ ਵਿਊ ਦਸਾਂ ਮੈਂ ਇੱਧਰ ਇਸ ਸਾਈਡ ਵੀ ਅੱਛਾ ਸਾਂ ਵੀ ਦੱਸ ਰਹੇ ਹੋ ਤਾਂ ਤੁਸੀਂ ਸਕਦੇ ਹੋ ਕਿਤਨਾ ਮਾਸ਼ਾਅੱਲਾ ਸੋਹਣਾ ਵਿਊ ਹੈ ਤਾਂ ਤੱਕੋ ਉਮੀਦ ਕਰਨੇ ਆ ਕਿ ਜਲਦੀ ਤੋਂ ਜਲਦੀ ਪੁੱਲ ਤਿਆਰ ਕੀਤਾ ਜਾਏ ਤਾਂ ਲੋਕਾਂ ਕੀ ਵੀ ਆਉਣੇ ਆ ਹਕੂਮਤ ਨੇ ਪਿੱਛਾ ਲੱਗੋ ਜ਼ਰਾ ਤਾਂ ਇਹ ਜਿਹੜੀ ਅਸੀਂ ਮੁਸ਼ਕਲਾਂ ਹੈ ਸਾਰਾ ਰਾਹ ਫਿਰੀ ਜਾਣਾ ਪੈਣਾ ਤਾਂ ਇਹ ਪੁੱਲ ਅਗਰ ਤਿਆਰ ਹੋ ਜਾਏ ਬੜੀ ਸਹੂਲਤ ਹੋਈ ਅਸੀਂ ਮਿਰਪੁਰ ਸ਼ਹਿਰ ਤਾਂ ਇਸਲਾਮਗੜ੍ਹ ਤਾਂ ਚਕਸਵਾਰੀ ਸ਼ਵਾਰੀ ਬੰਦਾ ਬੜਾ ਈਜ਼ੀਲੀ ਜਾ ਸਕਣਾ ਹੋਵੇ ਤਾਂ ਹੁਣ ਅਸਾਂ ਵੀ ਜੁਲੇ ਹਾਂ ਜਨਾਬ ਥੱਲਾ ਜਾਣੇ ਹਾਂ ਤਾਂ ਕੋਸ਼ਿਸ਼ ਕਰਨੇ ਹਾਂ ਮਛੋਏ ਆਪਣਾ ਮੋਟਰਸਾਈਕਲ ਬਹਾਉਣੇ ਦਾ ਪਤਾ ਨਹੀਂ ਹੁਣ ਅਸਾਂ ਇਹ ਮੋਟਰਸਾਈਕਲ ਬੜਾ ਤਾਂ ਇਹ ਪਤਾ ਨਹੀਂ ਵਿੱਚ ਪੇਸੀ ਨਹੀਂ ਪੈਣਾ ਹੁਣ ਤੱਕਣੇ ਹਾਂ ਜੁਲੇ ਹਾਂ ਟਰਾਈ ਕਰਨੇ ਹਾਂ ਜਨਾਬ ਤੁਸੀਂ ਤੱਕ ਸਕਦੇ ਹੋ ਕਿ ਇਹ ਸਾਰਾ ਮਿਰਪੁਰ ਸ਼ਹਿਰ ਹੈ ਇਸ ਸਾਹਮਣੇ ਅੱਗੇ ਅਸੀਂ ਨਜ਼ਰ ਰੱਖਣਾ ਸੀ ਪਿਆ ਅਸਾਂ ਹੁਣ ਵਾਪਸ ਜਾ ਰਹੇ ਹਾਂ ਜਿਸ ਤਰ੍ਹਾਂ ਕਿ ਆਇਆ ਹੋਇਆ ਇਸਲਾਮਗੜ੍ਹ ਜਾਣਾ ਹੋਇਆ ਕਸ਼ਤੀ ਬੇਈ ਹੈ ਜਨਾਬ ਤੱਕ ਸਕਦੇ ਹੋ ਸਾਹਮਣੇ ਉੱਪਰ ਹੈ ਪੁੱਲ ਜਿਹੜਾ ਅੱਜ ਹੈ ਇਤਨਾ ਪੈਸਾ ਲਗਾ ਤਿਆਰ ਹੋ ਰਿਹਾ ਲੇਕਿਨ ਮਜਬੂਰੀ ਤੱਕੋ ਅਸਾਂ ਲੋਕਾਂ ਨੇ ਤਾਂ ਨਹਿਲ ਗੌਰਮੀ ਤਾਂ ਨਹੀਂ ਵਾਇਆ ਤੂੰ ਅਸਾਂ ਲੋਕਾਂ ਕੀ ਇਨ ਕੱਚੇ ਰਸਤਿਆਂ ਉੱਪਰ ਜਾਣਾ ਪੈਣਾ ਪਿਆ ਅਸਾਂ ਕੀ ਪਤਾ ਸਭ ਪੈਟਰੋਲ ਵੀ ਬੜਾ ਮਹਿੰਗਾ ਹੋਇਆ ਹੈ ਗੈਸ ਅਸਾਂ ਨੇ ਮੋਟਰਸਾਈਕਲ ਜਾਣ ਲੱਗੇ ਹਾਂ ਉਹ ਤਾਂ ਕਿਸੇ ਕੋਲ ਨਹੀਂ ਲੋਕ ਸਾਰੇ ਅੱਗੇ ਕਸ਼ਤੀ ਅਸੀਂ ਪਾਰ ਕਰਵਾਸੀ ਨਾਲ ਤੱਕ ਕਿਸੇ ਕੋਲ ਜਨਾਬ ਟੋਟੇ ਨੇ ਜਿਹੜੇ ਦੋ ਦਿਨਾਂ ਦੇ ਬਾਅਦ ਅਜ਼ਾਦ ਮੰਨਿਆ ਇਹ ਪੁੱਲ ਕੰਪਲੇਨ ਨਹੀਂ ਹੋ ਰਹੀ ਹੈ 50 ਰੁਪਏ ਦਿੱਤੇ ਜੀ ਮਾਸ਼ਾਅੱਲਾ ਦੇਖੋ ਜੀ ਇਹ ਵੀ ਇੱਕ ਜ਼ਬਰਦਸਤ ਜਿਹਾ ਨਜ਼ਾਰਾ ਹੋਇਆ ਵਿਊ ਹੈ ਆਪਣਾ ਹੋਣ ਕੀ ਦੱਸ ਰਹੇ ਹੋ ਲੱਗੇ ਆਪ
ਆਪਾਂ ਵੀ ਐਕਸਪੀਰੀਅੰਸ ਕਰਨੇ ਆ ਬੰਦੇ ਸ਼ਾਮ ਸਕੀ ਸਕਦੇ ਹੋ ਸ਼ਾਮ ਲੈ ਜਾਓ ਆ ਜਨਾਬ ਅਸਰ ਦੁਬਾਰਾ ਲਗਾ ਮੋਟਰਸਾਈਕਲ ਲੈ ਕੇ ਜਨਾਬ ਤੁਸੀਂ ਸਕਦੇ ਹੋ ਮੋਟਰਸਾਈਕਲ ਸਮਾਂ ਜਾ ਹੀ ਰਿਹਾ ਅੰਦਰ ਫਾਈਨਲੀ ਸਭ ਫੁੱਲ ਕ੍ਰਾਸ ਕਰੀ ਆਏ ਹਾਂ ਦੋ ਮਿੰਟ ਵੀ ਨਹੀਂ ਲੱਗੇ ਟੱਟੀ ਪਾਸਾ ਰਾਰ ਹੋਈ ਆਏ ਹਾਂ ਹੁਣ ਜਾ ਰਹੇ ਹਾਂ ਸ਼ਹਿਰ ਚੀਜ਼ਾਂ ਅਤੇ ਰਸਤਾ ਰਸਤਾ ਸਾਨੀ ਹੈ ਵਾਪਸੀ ਦੀ ਤਿਆਰੀ ਜਨਾਬ ਇਸਲਾਮਗੜ੍ਹ ਪਹੁੰਚੇ ਹਾਂ ਸ਼ਹਿਰ ਚੁੱਲ੍ਹੇ ਹਾਂ ਅੰਦਰ ਚੀਜ਼ਾਂ ਕਿੰਨੇ ਆ ਲਾਲ ਸਾਹਿਬ ਦੀ ਕਸਮ ਜੀ ਜਨਾਬ ਤਾਂ ਕਿਸੇ ਕੋਲ ਸਲੂਣੀਆਂ ਅਸਾਂ ਘਿੰਨੀਆਂ ਆ ਤਾਂ ਜਿਹਨਾਂ ਤੁਸੀਂ ਪਾਇਆ ਬੜੀਆਂ ਫੇਮਸ ਸਲੂਣੀਆਂ ਹਨ ਤਾਂ ਇਸਲਾਮਗੜ੍ਹ ਕਾਫੀ ਬੰਦੇ ਜਿਵੇਂ ਖਾਸ ਕਰ ਜਿਹੜੇ ਬੰਦੇ ਅਸਾਂ ਬਾਹਰ ਹੋਣੇ ਆ ਬਾਹਰਲੇ ਮੁਲਕਾਂ 'ਚ ਉਹ ਬੰਦੇ ਸਾਨੂੰ ਬੜੇ ਪਸੰਦ ਕਰ ਰਹੇ ਆ ਇਹ ਵੀ ਉਧਰੋਂ ਫਰਮਾਇਸ਼ ਆਈ ਸੀ ਸਪੈਸ਼ਲ ਤਾਂ ਗੋਲੀਆਂ ਆਪਣੇ ਘਰ ਵਿੱਚ ਹੈ ਤਾਂ ਸਲੂਣੀਆਂ ਤਾਂ ਨਾਲ ਇੱਕ ਹੈ ਜਨਾਬ ਅੰਮ੍ਰਿਤਸਰ ਵੀ ਜਨਾਬ ਚੁੱਲ੍ਹਾ ਤਾਂ ਸ਼ਾਮੀ ਹੁਣ ਪਰਸਾਂ ਇਹਨਾਂ ਦਾ ਅਫਤਾਰੀ ਤਾਂ ਸਲੂਣੀਆਂ ਜਾ ਸਕਣਗੀਆਂ